ਹਾਂਜੀ ਦੋਸਤੋ ਕੀ ਤੁਹਾਨੂੰ ਪਤਾ ਹੈ ਖਾਣਾ ਖਾਣ ਤੋਂ ਬਾਅਦ ਸਾਨੂੰ ਡੁਹਕਾਰ ਕਿਉਂ ਆਉਂਦੀ ਹੈ ਕਿ ਤੁਸੀਂ ਅਜਿਹੇ ਜੀਵ ਬਾਰੇ ਜਾਣਦੇ ਹੋ ਜੋ ਭੋਜਨਾਂ ਮਿਲਣ ਤੇ ਆਪਣੇ ਆਪ ਨੂੰ ਹੀ ਖਾਣਾ ਸ਼ੁਰੂ ਕਰ ਦਿੰਦਾ ਹੈ ਕਿ ਤੁਹਾਨੂੰ ਪਤਾ ਹੈ WhatsApp ਵਿੱਚ ਇਹ ਰੈਂਡਮ ਨੰਬਰ ਕਿਉਂ ਹੁੰਦੇ ਹਨ ਕਿ ਤੁਸੀਂ ਕਦੇ ਸੋਚਿਆ ਹੈ 올림픽 ਖੇਡਾਂ ਵਿੱਚ ਦਿੱਤਾ ਜਾਣ ਵਾਲਾ ਗੋਲਡ ਮੈਡਲ ਸੱਚ ਵਿੱਚ ਸੋਨੇ ਦਾ ਹੁੰਦਾ ਹੈ ਕਿ ਤੁਹਾਨੂੰ ਪਤਾ ਹੈ ਸਾਡੀਆਂ ਅੱਖਾਂ ਤੇ ਮੌਜੂਦ ਇਹ ਆਈਬ੍ਰੋਜ਼ ਕਿਉਂ ਹੁੰਦੀਆਂ ਹਨ ਅਤੇ ਇਹਨਾਂ ਦਾ ਕੀ ਕੰਮ ਹੁੰਦਾ ਹੈ ਅਗਰ ਤੁਹਾਨੂੰ ਇਹਨਾਂ ਸਭ ਗੱਲਾਂ ਬਾਰੇ ਨਹੀਂ ਪਤਾ ਤਾਂ ਮੇਰੀ ਵੀਡੀਓ ਦੇ ਐਂਡ ਤੱਕ ਬਨੇ ਰਹੋ ਅਗਰ ਤੁਸੀਂ ਮੇਰੀ ਇਸ ਵੀਡੀਓ ਨੂੰ YouTube ਉੱਤੇ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਮੇਰੀ ਇਸ ਵੀਡੀਓ ਨੂੰ Facebook ਤੇ ਦੇਖ ਰਹੇ ਹੋ ਤਾਂ ਮੇਰੇ ਪੇਜ ਨੂੰ ਲਾਈਕ ਕਰ ਲਓ ਤਾਂ ਕਿ ਅਜਿਹੇ ਹੋਰ ਰੋਚਕ ਤੱਥਾਂ ਬਾਰੇ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਨੰਬਰ 1 ਡਕਾਰ ਜਿਸ ਨੂੰ ਇੰਗਲਿਸ਼ ਦੇ ਵਿੱਚ ਬੈਲਚ ਕਿਹਾ ਜਾਂਦਾ ਹੈ ਤੁਹਾਨੂੰ ਸਭ ਨੂੰ ਇਹ ਤਾਂ ਪਤਾ ਹੀ ਹੋਵੇਗਾ ਕਿ ਅਸੀਂ ਕੋਈ ਵੀ ਚੀਜ਼ ਖਾਈਏ ਜਾਂ ਫਿਰ ਕੁਝ ਪੀਏ ਤਾਂ ਸਾਨੂੰ ਡਕਾਰ ਆਉਂਦੀ ਹੈ ਲੇਕਿਨ ਤੁਸੀਂ ਕਦੇ ਸੋਚਿਆ ਹੈ ਡਕਾਰ ਸਾਨੂੰ ਕਿਉਂ ਆਉਂਦੀ ਹੈ ਤੇ ਵਾਰ-ਵਾਰ ਡਕਾਰ ਆਉਣੀ ਚੰਗੀ ਹੈ ਜਾਂ ਫਿਰ ਮਾੜੀ ਡਕਾਰ ਆਉਣੀ ਜੋ ਕਿ ਸਰੀਰਕ ਕਿਰਿਆ ਦਾ ਇੱਕ ਅੰਗ ਹੈ ਜਦੋਂ ਖਾਣਾ ਖਾ ਕੇ ਸਾਨੂੰ ਡਕਾਰ ਆਉਂਦੀ ਹੈ ਤਾਂ ਸਾਡੇ ਦੁਆਰਾ ਖਾਧਾ ਗਿਆ ਖਾਣਾ ਹজম ਹੋ ਜਾਂਦਾ ਹੈ ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਖਾਣੇ ਦੇ ਨਾਲ ਕੁਝ ਹਵਾ ਪੇਟ ਦੇ ਅੰਦਰ ਚਲੇ ਜਾਂਦੀ ਹੈ ਭੋਜਨ ਨਲੀ ਅਤੇ ਪੇਟ ਦੇ ਵਿਚਕਾਰ ਦਰਵਾਜ਼ਾ ਹੁੰਦਾ ਹੈ ਜੋ ਕਿ ਖਾਣਾ ਖਾਂਦੇ ਸਮੇਂ ਖੁੱਲ ਜਾਂਦਾ ਹੈ ਖਾਣਾ ਪੇਟ ਦੇ ਅੰਦਰ ਚਲੇ ਜਾਣ ਤੋਂ ਬਾਅਦ ਇਹ ਆਪਣੇ ਆਪ ਹੀ ਬੰਦ ਹੋ ਜਾਂਦਾ ਹੈ ਜਿਸ ਕਰਕੇ ਪੇਟ ਦੇ ਅੰਦਰ ਕੁਝ ਹਵਾ ਇਕੱਠੀ ਹੋ ਜਾਂਦੀ ਹੈ ਜਿਹੜੀ ਡਕਾਰ ਦੇ ਰੂਪ ਵਿੱਚ ਬਾਹਰ ਨਿਕਲ ਜਾਂਦੀ ਹੈ ਨੰਬਰ 2 ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਇਸ ਦੁਨੀਆ ਵਿੱਚ ਬਹੁਤ ਸਾਰੇ ਜੀਵ ਇੱਕੋ ਜਿਹੇ ਨਹੀਂ ਹੁੰਦੇ ਲੇਕਿਨ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਕੁਝ ਜੀਵ ਅਜਿਹੇ ਵੀ ਹੁੰਨ ਜੋ ਕਿ ਭੁੱਖ ਦੇ ਕਰਕੇ ਆਪਣੇ ਆਪ ਨੂੰ ਹੀ ਖਾਣ ਲੱਗ ਜਾਂਦੇ ਹਨ ਆਕਟੋਪਸ ਇੱਕ ਅਜੀਹਾ ਜੀਵ ਹੈ ਜਿਸ ਨੂੰ ਭੁੱਖ ਲੱਗ ਜਾਵੇ ਅਤੇ ਖਾਣਾ ਖਾਣ ਲਈ ਕੋਈ ਸ਼ਿਕਾਰ ਨਾ ਮਿਲੇ ਤਾਂ ਉਹ ਆਪਣੇ ਸਰੀਰ ਦੇ ਹਿੱਸਿਆਂ ਨੂੰ ਹੀ ਖਾਣਾ ਸ਼ੁਰੂ ਕਰ ਦਿੰਦਾ ਹੈ ਨੰਬਰ 3 ਤੁਸੀਂ ਸਾਰੇ ਲੋਕਾਂ ਨੇ WhatsApp ਉੱਤੇ ਫੋਟੋ ਭੇਜੀ ਜਾਂ ਫਿਰ ਮੰਗਵਾਈ ਜ਼ਰੂਰ ਹੋਵੇਗੀ ਅਤੇ ਤੁਸੀਂ ਸਾਰਿਆਂ ਨੇ ਫੋਟੋ ਉੱਤੇ ਇਹ ਰੈਂਡਮ ਨੰਬਰ ਵੀ ਜ਼ਰੂਰ ਦੇਖੇ ਹੋਣਗੇ ਲੇਕਿਨ ਤੁਸੀਂ ਕਦੇ ਸੋਚਿਆ ਹੈ ਇਹ ਰੈਂਡਮ ਨੰਬਰ ਕਿਉਂ ਹੁੰਦੇ ਹਨ ਇਹਨਾਂ ਦੇ ਪਿੱਛੇ ਇੱਕ ਪਰਪਸ ਹੈ ਇਹਨਾਂ ਨੰਬਰਾਂ ਦਾ ਮਤਲਬ ਹੈ ਕਿ ਫੋਟੋ ਕਦੋਂ ਖਿੱਚੀ ਗਈ ਸੀ ਜਿਸ ਵਿੱਚ ਜਿਹੜੇ ਪਹਿਲੇ 8 ਨੰਬਰ ਹੁੰਦੇ ਹਨ ਉਹ ਸਾਲ ਮਹੀਨਾ ਅਤੇ ਦਿਨ ਨੂੰ ਦੱਸਦਾ ਹੈ ਕਿ ਫੋਟੋ ਕਦੋਂ ਖਿੱਚੀ ਗਈ ਸੀ ਇਸ ਤੋਂ ਬਾਅਦ 6 ਨੰਬਰ ਹੋਰ ਜੋ ਕਿ ਘੰਟੇ ਸਮੇਂ ਅਤੇ ਸੈਕਿੰਡ ਦੱਸਦਾ ਹੈ ਕਿ ਫੋਟੋ ਕਿੰਨੇ ਵਜੇ ਕਿ ਚੀ ਗੈਸੀ ਨੰਬਰ 4 올림픽 ਖੇਡਾਂ ਵਿੱਚ ਦਿੱਤਾ ਜਾਣ ਵਾਲਾ 골ਡ ਮੈਡਲ ਜੋ ਕਿ سونے ਦਾ ਨਹੀਂ ਹੁੰਦਾ ਹੈ। ਦਰਅਸਲ ਇਹ ਮੈਡਲ ਚਾਂਦੀ ਦਾ ਬਣਾਇਆ ਜਾਂਦਾ ਹੈ ਅਤੇ ਇਸ ਉੱਪਰ سونے ਦੀ ਪਰਤ ਚੜਾਈ ਜਾਂਦੀ ਹੈ। 골ਡ ਮੈਡਲ ਜਿਸ ਵਿੱਚ ਸਿਰਫ 2% سونے ਦਾ ਇਸਤੇਮਾਲ ਕੀਤਾ ਜਾਂਦਾ ਹੈ। ਮਤਲਬ ਕਿ 600 ਗ੍ਰਾਮ سونے ਦਾ ਇਸਤੇਮਾਲ ਹੁੰਦਾ ਹੈ। ਨੰਬਰ 5 ਇਹ ਆਈਬ੍ਰੋਜ਼ ਵੈਸੇ ਹੀ ਅੱਖਾਂ ਉੱਤੇ ਨਹੀਂ ਹੁੰਦੀਆਂ। ਇਹਨਾਂ ਦੇ ਕਰਕੇ ਨਵੀਂ ਅੱਖਾਂ ਦੇ ਵਿੱਚ ਨਹੀਂ ਜਾਂਦੀ। ਤੁਸੀਂ ਦੇਖਿਆ ਹੋਵੇਗਾ ਜਦੋਂ ਅਸੀਂ ਪਾਣੀ ਨੂੰ ਸਿਰ ਦੇ ਉੱਪਰ ਪਾਉਂਦੇ ਹਾਂ ਇਹਨਾਂ ਦੇ ਕਰਕੇ ਪਾਣੀ ਸਿੱਧਾ ਸਾਡੇ ਅੱਖਾਂ ਦੇ ਵਿੱਚ ਨਹੀਂ ਜਾਂਦਾ ਜਦੋਂ ਅਸੀਂ ਪਾਣੀ ਸਿਰ ਉੱਪਰ ਪਾਉਂਦੇ ਹਾਂ ਤਾਂ ਪਾਣੀ ਪਹਿਲਾਂ ਅੱਖਾਂ ਆਈਬ੍ਰੋ ਉੱਤੇ ਆ ਕੇ ਰੁਕੇਗਾ ਇਹਨਾਂ ਆਈਬ੍ਰੋ ਦੇ ਕਰਕੇ ਅਸੀਂ ਮੀ ਵਿੱਚ ਦੇਖ ਸਕਦੇ ਹਾਂ ਦੂਸਰਾ ਇਹ ਆਈਬ੍ਰੋ ਸਾਡੀਆਂ ਅੱਖਾਂ ਨੂੰ ਲਾਈਟ ਤੋਂ ਵੀ ਬਚਾਉਂਦੀਆਂ ਹਨ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ